ਹੁਣ ਜਿਹੜੀ ਨਿਊਜ਼ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਉਸ ਦੇ ਲਈ ਤੁਹਾਨੂੰ ਥੋੜ੍ਹਾ ਜਿਹਾ ਆਪਣੇ ਬਚਪਨ ਵੱਲ ਜਾਣਾ ਪਵੇਗਾ ਜਦੋਂ ਤੁਸੀਂ ਸਕੂਲ ਜਾਂਦੇ ਸੀ ਅਤੇ ਤੁਹਾਨੂੰ ਬਖੂਬੀ ਯਾਦ ਵੀ ਹੋਵੇਗਾ ਕਿ ਜਦੋਂ ਤੁਸੀਂ ਸਕੂਲ ਜਾਂਦੇ ਸੀ ਤੁਹਾਨੂੰ ਸਕੂਲੋਂ ਹੋਮਵਰਕ ਵੀ ਮਿਲਦਾ ਸੀ ਅਤੇ ਉਸ ਹੋਮਵਰਕ ਨੂੰ ਤੁਸੀਂ ਬੈਂਚ ਟੇਬਲ ਜਾਂ ਫਿਰ ਫਰਸ਼ 'ਤੇ ਬੈਠ ਕੇ ਕਰਦੇ ਸੀ ਪਰ ਚਾਈਨਾ ਦੀ ਇਸ ਕੁੜੀ ਨੇ ਆਪਣਾ ਹੋਮਵਰਕ ਕਰਨ ਦਾ ਇੱਕ ਨਵਾਂ ਤਰੀਕਾ ਲੱਭਿਆ ਹੈ ਵੈਲ ਜੀ ਇਹ ਤਰੀਕਾ ਹੈ ਚਲਦੀ ਗੱਡੀ 'ਤੇ ਰੂਫ ਦੇ ਉੱਤੇ ਕਿਤਾਬ ਰੱਖ ਕੇ ਕੰਮ ਕਰਨ ਦਾ ਜੀ ਹਾਂ ਤੁਸੀਂ ਸਹੀ ਸੁਣਿਆ ਅਤੇ ਇਸ ਕੁੜੀ ਦੀ ਇਹ ਵੀਡੀਓ ਇੰਟਰਨੈਟ 'ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਜਦੋਂ ਇਸ ਕੁੜੀ ਨੂੰ ਉਸਦੇ ਡੇਂਜਰਸ ਸਟੈਪ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਸਦੇ ਫਾਦਰ ਜੋ ਕਿ ਇਸ ਗੱਡੀ ਨੂੰ ਡਰਾਈਵ ਕਰ ਰਹੇ ਸੀ ਉਹ ਆਪਣੇ ਫਰੈਂਡ ਦੇ ਨਾਲ ਜ਼ੋਰ ਜ਼ੋਰ ਦੇ ਨਾਲ ਗੱਲਾਂ ਕਰ ਰਹੇ ਸੀ ਜਿਸ ਦੇ ਕਾਰਨ ਉਸਨੂੰ ਡਿਸਟਰਬੈਂਸ ਕ੍ਰੀਏਟ ਹੋ ਰਹੀ ਸੀ ਅਤੇ ਇਸ ਡਿਸਟਰਬੈਂਸ ਤੋਂ ਬਚਦੇ ਬਚਾਉਂਦੇ ਇਸ ਕੁੜੀ ਨੇ ਹੋਮਵਰਕ ਕਰਨ ਦਾ ਇਹ ਨਵਾਂ ਤਰੀਕਾ ਲੱਭਾ ਵੈਲ ਜੀ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਕਿ ਇੰਨੇ ਥੋੜ੍ਹੇ ਜਿਹੇ ਹੋਮਵਰਕ ਵਾਸਤੇ ਤੁਸੀਂ ਆਪਣੀ ਲਾਈਫ ਰਿਸਕ 'ਤੇ ਲਾ ਰਹੇ ਹੋ ਤਾਂ ਇਹ ਬਹੁਤ ਹੀ ਡੇਂਜਰਸ ਵਾਲੀ ਗੱਲ ਹੈ ਸੋ ਫਰੈਂਡਸ ਤੁਹਾਡਾ ਕੀ ਕਹਿਣਾ ਹੈ ਇਸ ਕੁੜੀ ਦੇ ਇਸ ਡੇਂਜਰਸ ਸਟੈਪ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਤੇ ਇਹੋ ਜਿਹੀਆਂ ਹੋਰ ਸਟ੍ਰੇਂਜ ਐਂਡ ਵਾਇਰਲ ਵੀਡੀਓਜ਼ ਵੇਖਣ ਲਈ ਸਾਡੇ ਗਬਰੂ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ ਐਂਟਰਟੇਨਮੈਂਟ ਦਾ ਦੇਸੀ ਪੰਚ